ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਅੱਜ ਸਾਰੇ ਬਲੌਗ ਦਾ ਗਏ 28 ਦੇ। ਅੱਜ ਸੁਬਹਾ ਉੱਠ ਕੇ ਰੇੜੀ ਸ਼ੇੜੀ ਹੋ ਕੇ ਮੈਂ ਕਰ ਰਿਹਾ ਬ੍ਰੇਕਫਾਸਟ। ਬ੍ਰੇਕਫਾਸਟ ਵਿੱਚ ਮੰਮਾ ਨੇ ਬਣਾਈ ਯੰਮੀ ਯੰਮੀ ਪਰੌਂਠੇ, ਮੱਖਣ ਐਂਡ ਖੱਟਾ ਮਿੱਠਾ ਨਿੰਬੂ ਦਾ ਚਾਹ। ਤਾਂ ਟਰਾਈ ਕਰਦੇ ਹਾਂ ਕਿਵੇਂ ਆ। ਬਹੁਤ ਯੰਮੀ ਹੈ। ਹਾਂਜੀ ਗਾਈਜ਼, ਅੱਜ ਮੈਂ ਤੁਹਾਨੂੰ ਲੈ ਕੇ ਆਇਆ ਆਪਣੇ ਸਮਾਲ ਗਾਰਡਨ ਵਿੱਚ, ਤੁਸੀਂ ਦੇਖ ਸਕਦੇ ਹੋ। ਅਤੇ ਆਹ ਹੈਗਾ ਸਦਾ ਤਨੀਆ, ਅਤੇ ਆਹ ਹੈਗਾ ਪੁਦੀਨਾ। ਤਨੀਆ ਅਤੇ ਪੁਦੀਨੇ ਦੀ ਚਟਨੀ ਬਹੁਤ ਜ਼ਿਆਦਾ ਟੇਸਟੀ ਹੁੰਦੀ ਆ। ਹਾਂਜੀ, ਨੈਕਸਟ ਹੈ ਲੈਮਨ ਗ੍ਰਾਸ। ਲੈਮਨ ਗ੍ਰਾਸ ਹਲੇ ਬਹੁਤ ਛੋਟਾ ਹੈ, ਇਹਦੀ ਟੀ ਬਣਦੀ ਆ ਜੋ ਸਾਡੀ ਬੋਡੀ ਲਈ ਬਹੁਤ ਹੈਲਦੀ ਆ। ਨੈਕਸਟ ਨੈਕਸਟ ਆ ਰੋਜ਼ ਪਲਾਂਟ, ਇਹਦੇ ਉੱਪਰ ਬਹੁਤ ਸੋਹਣੇ ਰੋਜ਼ ਲੱਗ ਗਏ ਆ। ਹਾਂਜੀ ਨੈਕਸਟ ਆ ਬ੍ਰਿੰਜਲ। ਬ੍ਰਿੰਜਲ ਬਹੁਤ ਛੋਟੇ ਆ, ਬ੍ਰਿੰਜਲ ਲੱਗੋਗੇ। ਮੈਨੂੰ ਬ੍ਰਿੰਜਲ ਦਾ ਪਰਾਂਠਾ ਬਹੁਤ ਜ਼ਿਆਦਾ ਟੇਸਟ ਲੱਗਦਾ ਹੈ। ਨੈਕਸਟ ਆਇਆ ਟਮੈਟੋ, ਹਲੇ ਬਹੁਤ ਛੋਟਾ ਹੈ ਨਾ, ਤਾਂ ਜ਼ਿਆਦਾ ਬੜੇ ਹੋਣਗੇ ਨਾ ਤਾਂ ਮੈਂ ਤੁਹਾਨੂੰ ਦਿਖਾਊਂਗਾ, ਠੀਕ ਆ। ਤੁਲਸੀ ਦਾ ਪੌਦਾ ਵੀ ਲਗਾਇਆ ਹੋਇਆ ਹੈ ਜੋ ਘਰ ਵਿੱਚ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਨੈਕਸਟ ਹੈ ਗ੍ਰੀਨ ਚਿੱਲੀ। ਗ੍ਰੀਨ ਚਿੱਲੀ ਬਹੁਤ ਜ਼ਿਆਦਾ ਸਪਾਈਸੀ ਹੁੰਦੀ ਆ। ਗਾਰਡਨ ਵਿੱਚ ਹਲੇ ਥੋੜ੍ਹੀ ਜਿਹੀ ਜਗ੍ਹਾ ਖਾਲੀ ਆ, ਇੱਥੇ ਅਸੀਂ ਸਮਰ ਦੀ ਵੈਜੀਟੇਬਲ ਗਰੋ ਕਰਾਂਗੇ। ਜਦ ਗਰੋ ਹੋ ਜਾਊਗੀਆਂ ਮੈਂ ਤੁਹਾਨੂੰ ਆਪਣੇ ਨੈਕਸਟ ਬਲੌਗ 'ਚ ਦਿਖਾਉਂਗਾ। ਇੱਥੇ ਕਰਦੇ ਹਾਂ ਅਸੀਂ ਬਲੌਗ ਦਾ ਐਂਡ, ਤਾਂ ਮਿਲਦੇ ਹਾਂ ਇੱਕ ਨੈਕਸਟ ਬਲੌਗ ਵਿੱਚ। ਲਾਈਕ ਐਂਡ ਸ਼ੇਅਰ ਮਾਈ ਯੂਟਿਊਬ ਚੈਨਲ। ਥੈਂਕ ਯੂ ਫੋਰ ਵਾਚਿੰਗ ਮਾਈ ਵੀਡੀਓਜ਼। ਲਵ ਯੂ ਆਲ।